ਆ ਬਰਸਾਤ ਹੁਣ 3-4 ਮਹੀਨੇ ਦੇ ਵਿੱਚ ਇਹ ਰਸਤਾ ਪੱਕਾ ਹੀ ਬੰਦ ਹੋ ਗਿਆ, ਔਰ ਕਿੰਨੇ ਲੋਕ ਉਹ ਵਿਚਾਰੇ ਜਿਹੜੇ ਹੋਰ ਉਹਨਾਂ ਦੇ ਨਾਲ ਆਉਣ ਜਾਣ ਵਾਲੇ ਰੂਟੀਨ ਦੇ ਵਿੱਚੋਂ ਕਿੰਨੇ ਲੋਕ ਖੱਜਲ ਹੋਣਗੇ। ਮਾਤਰੀ ਸਾਹਿਬ ਜਾਂ ਸਰਕਾਰ ਇਹ ਦੱਸ ਦੇਵੇ ਵੀ ਤੁਹਾਨੂੰ ਕਿਹੜੇ ਢੰਗ ਦੇ ਨਾਲ ਅਸੀਂ ਮਿਲੀਏ ਜਾਂ ਕਿਹੜੇ ਢੰਗ ਦੇ ਨਾਲ ਇਲਾਕੇ ਦੇ ਲੋਕ ਤੁਹਾਨੂੰ ਬੇਨਤੀ ਕਰਨ। ਲੋਕ ਸੰਪਰਕ ਵਿਭਾਗ ਹੈ, ਉਹਨਾਂ ਦਾ ਸਕੱਤਰ ਵੀ ਬਦਲ ਦਿਓ, ਕਿਉਂਕਿ ਜੇ ਪਹਿਲਾਂ ਨਹੀਂ ਪਾਸ ਕਰਦਾ ਨਵਾਂ ਬਦਲ ਦਿਓ, ਪਰ ਇਸ਼ਤਿਹਾਰਾਂ ਵਾਸਤੇ ਕਰੋੜਾਂ ਰੁਪਇਆ ਜਾਰੀ ਹੋ ਸਕਦਾ। ਪਰ ਜੇ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ, ਇਸ ਖਿੱਤੇ ਦੀ ਗੱਲ ਕੀਤੀ ਜਾਵੇ, ਤਾਂ ਇਹਦੇ ਲਈ 16 ਕਰੋੜ ਰੁਪਇਆ ਵੀ ਜਾਰੀ ਨਹੀਂ ਹੋ ਰਿਹਾ। ਤੁਸੀਂ ਤਾਂ ਬੜੇ ਵਾਅਦੇ ਕੀਤੇ ਸੀ, ਬੜੇ ਸੱਤਾ 'ਚ ਆਉਣ ਤੋਂ ਪਹਿਲਾਂ ਕਿੰਨਾ ਕੁਛ ਤੁਸੀਂ ਕਿਹਾ ਸੀ, ਆਹ ਕਰ ਦੇਵਾਂਗੇ ਆਹ ਕਰ ਦੇਵਾਂਗੇ। ਉਹ ਲੀਡਰਾਂ ਦੇ ਜਿਨ੍ਹਾਂ ਦੇ ਤੁਸੀਂ ਕੱਚੇ ਚਿੱਠੇ ਉਸ ਟਾਈਮ ਦੱਸਦੇ ਸੀ ਵੀ ਆਹ ਹੋ ਗਿਆ ਜੀ, ਨੌਕਰੀਆਂ ਇੱਦਾਂ ਮਿਲ ਗਈਆਂ, ਇਹਨੇ ਆਹ ਕਰਤਾ ਆਹ ਕਰਤਾ, ਅੱਜ ਤੁਸੀਂ ਅੱਖਾਂ ਵੀ ਬੰਦ ਕਰ ਲਈਆਂ, ਕੰਨ ਵੀ ਬੰਦ ਕਰ ਲਏ। ਸੱਚ ਪੰਜਾਬ ਦਾ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਅੱਜ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਦੱਸਣ ਜਾ ਰਹੇ ਹਾਂ ਤੁਹਾਨੂੰ ਕਿ ਅੱਜ ਜਿਹੜਾ ਐਲਗਰਾਂ ਦਾ ਪੁਲ ਹੈ ਆਰਜੀ ਬਣਿਆ ਹੋਇਆ ਦੋਸਤੋ, ਇਹ ਜਿਹੜਾ ਕੱਲ੍ਹ ਵਰਖਾ ਥੋੜ੍ਹੀ ਹੋਈ ਹੈ ਉਹਨੇ ਇਹਨੂੰ ਉਡਾ ਦਿੱਤਾ, ਇਹ ਬੰਦ ਹੋ ਚੁੱਕਿਆ ਹੈ। ਔਰ ਜਿਹੜਾ ਵੀ ਕੋਈ ਸੱਜਣ ਵੀਰ ਇਸ ਰਸਤੇ ਆਉਂਦਾ, ਕਿਸੇ ਨੇ ਨੂਰਪੁਰ ਬੇਦੀ ਬਾਇਆ ਇਸ ਪੁਲ ਰਾਹੀਂ ਅੱਗੇ ਉਨਾ ਜਾਣਾ ਹਿਮਾਚਲ ਪ੍ਰਦੇਸ਼ ਨੂੰ ਜਾਣਾ, ਉਹਨਾਂ ਨੂੰ ਬੇਨਤੀ ਹੈ ਵੀ ਬਾਈ ਜੀ ਇੱਧਰ ਨੂੰ ਕੋਈ ਗੱਡੀ ਮੋਟਰਸਾਈਕਲ ਗੱਡੀ ਵਗੈਰਾ ਲੈ ਕੇ ਨਾ ਆਇਓ, ਇਹ ਰਸਤਾ ਬੰਦ ਹੋ ਚੁੱਕਿਆ। ਪਰ ਇਹ ਦੇਖ ਲਓ ਤਰਾਸਦੀ ਕਿੰਨੀ ਹੈ, ਇਹ ਨਾਲ ਨਾਲ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ, ਨਾਲ ਮੈਂ ਦਿਖਾ ਰਿਹਾ, ਇਹ ਦੇਖ ਸਕਦੇ ਹੋ ਤੁਸੀਂ ਹਾਲਾਤ ਕਿੱਦਾਂ ਦੇ ਬਣੇ ਹੋਏ ਆ। ਇਹ ਉਹ ਹਾਲਾਤ ਹੈ ਜਦੋਂ ਇਹ ਕੱਚਾ ਬਣਿਆ ਹੋਇਆ ਸੀ, ਇਹਦੇ ਉੱਪਰੋਂ ਗੱਡੀਆਂ ਲੰਘ ਰਹੀਆਂ ਸੀ, ਅਤੇ ਹੁਣ ਜਿਹੜਾ ਪੱਕਾ ਪੁਲ ਤਾਂ ਸਾਡੇ ਕੋਲੋਂ ਜਿਵੇਂ ਕਹਿ ਲਓ ਕਿ ਉਹ ਕਿੰਨੇ ਮਹੀਨੇ ਹੋ ਗਏ ਉਹਨੂੰ, ਜਿਹੜਾ ਉਹਦੀ ਜਿਹੜੀ ਮੁਰੰਮਤ ਹੋਣੇ ਵਾਲੀ ਆ ਉਹ ਬੰਦ ਹੋ ਗਿਆ, ਅਤੇ ਆਹ ਜਿਹੜਾ ਆਰ ਜੀ ਸਾਡੇ ਕੋਲ ਇੱਕ ਪੁਲ ਟੈਂਪਰੇਰੀ, ਬਾਬਿਆਂ ਨੇ ਵੀ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਵਾਲੇ ਬਾਬਿਆਂ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ, ਇਹਨੂੰ ਫਿਰ ਦਰੁਸਤ ਕਰ ਲਈ ਆਰ ਜੀ ਪੁਲ ਨੂੰ, ਤਾਂ ਕਿ ਕਮ ਸੇ ਕਮ ਲੋਕਾਂ ਦਾ ਆਉਣਾ ਜਾਣਾ ਸੁਖਾਲਾ ਹੋ ਜਾਵੇ। ਕਿਉਂਕਿ ਦੋਸਤੋ ਇਹ ਜਿਹੜਾ ਪੁਲ ਹੈ ਐਲਗਰਾਂ ਦਾ, ਇਹ ਤੁਹਾਨੂੰ ਵੀ ਪਤਾ ਕਿ ਨੂਰਪੁਰ ਬੇਦੀ ਤੋਂ ਦੇਖ ਲਓ ਹਿਮਾਚਲ ਨੂੰ ਇਹ ਰਸਤਾ ਜੁੜਦਾ। ਜੇ ਕਲਮਾ ਪਿੰਡ ਦੀ ਗੱਲ ਕੀਤੀ ਜਾਵੇ, ਅਸੀਂ ਕਲਮਾ ਝੱਜ ਚੌਂਕ ਦੇ ਲੋਕ, ਉਹ ਵਿਚਾਰੇ 30 ਕਿਲੋਮੀਟਰ ਘੁੰਮ ਕੇ ਜਾਂ ਤਾਂ ਵਾਇਆ ਨੰਗਲ ਆਉਣਗੇ ਜਾਂ ਫਿਰ ਟਾਹਲੀਵਾਲ ਤੋਂ ਘੁੰਮ ਕੇ ਸੰਦੋਕਲ 'ਚ ਹੋ ਕੇ ਹਿਮਾਚਲ ਪ੍ਰਦੇਸ਼ ਰਾਹੀਂ ਜੇਕਰ ਉਹਨਾਂ ਨੇ ਭਲਾਣ ਆਉਣਾ ਭਨਾਮ ਆਉਣਾ ਇਹਨਾਂ ਪਿੰਡਾਂ ਨੂੰ ਆਉਣਾ ਹੋਵੇ, ਨਾਲ 2 ਕਿਲੋਮੀਟਰ ਵੀ ਐਡੀ ਦੂਰ ਤੋਂ ਉਹ ਵਿਚਾਰੇ ਲੋਕ ਮਜਬੂਰੀ ਬਸ ਆਉਣਗੇ। ਪਰ ਹੈਰਾਨਗੀ ਇਸ ਗੱਲ ਦੀ ਹੁੰਦੀ ਹੈ ਦੋਸਤੋ, ਕਿੱਡੀ ਬੜੀ ਤਰਾਸਦੀ ਹੈ ਸਭ ਨੂੰ ਪਤਾ ਹੈ। ਔਰ ਇਹ ਗੱਲ ਮੈਂ ਕਹਿਣ 'ਚ ਗਰੇਜ਼ ਵੀ ਕਰਦਾ ਨਹੀਂ, ਕਿਉਂਕਿ ਮਾਈਨਿੰਗ ਮਾਫੀਏ ਨੇ ਇਸ ਪੁਲ ਦੀ ਬਰਬਾਦੀ ਕੀਤੀ ਹੈ, ਜਿਹੜਾ ਇਹ ਐਲਗਰਾਂ ਦਾ ਸਵਾਂ ਦਾ ਪੁਲ ਹੈ। ਔਰ ਇਹਦੇ ਪਿੱਲਰ ਆ ਤੁਸੀਂ ਦੇਖ ਸਕਦੇ ਹੋ, ਜਿਹੜੇ ਥੱਲੇ ਵੱਡੇ ਵੱਡੇ ਆਕਾਰ ਦੇ ਵਿੱਚ ਜਿਹੜੇ ਪੁਲ ਪਿੱਲਰ ਬਣੇ ਹੋਏ ਆ ਦੋਸਤੋ, ਇਹ ਪਿੱਲਰ ਜਿਹੜੇ ਆ ਇਹ ਜ਼ਮੀਨ ਦੇ ਵਿੱਚ ਹੁੰਦੇ ਆ, ਧਰਤੀ ਦੇ ਵਿੱਚ ਜਦੋਂ ਖੂਹ ਗਾਲੇ ਜਾਂਦੇ ਆ ਇਹਨਾਂ ਪਿੱਲਰਾਂ ਲਈ। ਪਰ ਇਹ ਦੇਖ ਲਓ ਕਿੰਨੇ ਨੰਗੇ ਹੋ ਗਏ, ਔਰ ਇਹ ਅੱਜ ਦੀ ਗੱਲ ਨਹੀਂ ਹੈਗੀ, ਅਕਾਲੀਆਂ ਦੀ 10 ਸਾਲ ਸਰਕਾਰ ਰਹੀ ਹੈ, ਜਦ ਅੱਤ ਦੀ ਮਾਈਨਿੰਗ ਹੋਈ ਹੈ, ਕਾਂਗਰਸ ਦੀ ਸਰਕਾਰ ਰਹੀ ਹੈ ਅੱਤ ਦੀ ਮਾਈਨਿੰਗ ਹੋਈ ਹੈ, ਔਰ ਅੱਜ ਵੀ ਹਾਲਾਤ ਕੋਈ ਘੱਟ ਨਹੀਂ, ਅੱਜ ਵੀ ਹਾਲਾਤ ਇੱਦੇ ਹੋਏ ਹੈ, ਔਰ ਮਾਈਨਿੰਗ ਵਾਲੇ ਜਦ ਆਪਣਾ ਦਾਅ ਲੱਗਦਾ ਉਹ ਲਾ ਰਹੇ ਹੈ।
ਪਰ ਹੈਰਾਨਗੀ ਫਿਰ ਇਸੇ ਗੱਲ ਦੀ ਹੈ ਵੀ ਸਰਕਾਰ ਕਿੱਥੇ ਸੁੱਤੀ ਪਈ ਹੈ ਯਾਰ। ਲੋਕਾਂ ਨੂੰ ਤੁਸੀਂ ਕੋਈ ਸੁੱਖ ਸੁਵਿਧਾ ਦੇਣੀ ਜਾਂ ਨਹੀਂ ਦੇਣੀ, ਜਾਂ ਇੱਦੇ ਕੰਮ ਚੱਲੂਗਾ। ਠੀਕ ਹੈ, ਮੈਂ ਮੰਤਰੀ ਸਾਹਿਬ ਦੇ ਨਾਲ ਇਸ ਗੱਲ ਦਾ ਖੇਦ ਪ੍ਰਗਟ ਕਰਦਾ, ਕਿਉਂ ਮੈਨੂੰ ਵੀ ਜਾਣਕਾਰੀ ਮਿਲੀ ਹੈ ਕਿ 17 ਜਿਹੜੀ ਬੀਤੀ 17 ਤਰੀਕ ਹੈ, ਉਹਨਾਂ ਦੇ ਸਹੁਰਾ ਸਾਹਿਬ ਜਿਹੜੇ ਹੈ ਉਹਨਾਂ ਦੀ ਡੈਥ ਹੋ ਗਈ ਹੈ ਅਤੇ 30 ਤਰੀਕ ਨੂੰ ਉਹਨਾਂ ਦਾ ਭੋਗ ਹੈ। ਇਸ ਗੱਲ ਦਾ ਸਾਨੂੰ ਵੀ ਬੜਾ ਖੇਦ ਹੈ, ਮੈਂ ਨਾਲ ਬੇਨਤੀ ਜ਼ਰੂਰ ਕਰੂੰਗਾ, ਪਰ ਇਹ ਸਾਡੇ ਨਿੱਜੀ ਰੁਝੇਵੇਂ ਹੈ। ਹਰਜੋਤ ਬੈਂਸ ਮੰਤਰੀ ਸਾਹਿਬ ਦੀ ਮੈਂ ਗੱਲ ਕਰ ਰਿਹਾ, ਪਰ ਉਹਨਾਂ ਨੂੰ ਵੈਸੇ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਤੁਸੀਂ ਖੁਦ ਵੀ ਆ ਕੇ ਗਏ ਔਰ ਇਹ ਕਿੰਨਾ ਮਸਲਾ ਗੰਭੀਰ ਹੈ ਤੁਹਾਨੂੰ ਖੁਦ ਨੂੰ ਪਤਾ। ਔਰ ਜਿਹੜਾ PWD ਨੇ 16 ਕਰੋੜ ਰੁਪਏ ਦਾ ਕਰੀਬ ਐਸਟੀਮੇਟ ਬਣਾਇਆ, ਔਰ ਉਹ ਸਰਕਾਰ ਇਹ ਇੱਕ 16 ਕਰੋੜ ਰੁਪਇਆ ਕਿੱਡਾ ਕਿੱਡੀ ਕੁ ਵੱਡੀ ਅਮਾਊਂਟ ਹੈ ਜਿਹੜਾ 16 ਕਰੋੜ ਰੁਪਇਆ ਅੱਗੇ ਤੇ ਜਾਰੀ ਨਹੀਂ ਹੋ ਰਿਹਾ। ਔਰ ਜਦ ਇਹ ਇੱਕ ਤਰ੍ਹਾਂ ਕਹਿ ਲਓ ਐਸਟੀਮੇਟ ਬਣਾ ਕੇ ਭੇਜਤਾ, ਇਹ ਕੰਮ ਤਾਂ ਸਰਕਾਰਾਂ ਦਾ ਹੈ। ਜੇ ਹੁਣ ਅਸੀਂ ਇੱਥੇ ਗੱਲ ਕਰੀਏ ਇਸ਼ਤਿਹਾਰ ਸਰਕਾਰ ਨੇ ਦੇਣੇ ਹੋਣ ਤਾਂ ਕਰੋੜਾਂ ਰੁਪਇਆ ਜਾਰੀ ਕਰਨ ਵਾਸਤੇ, ਫਿਰ ਚਾਹੇ ਤੁਸੀਂ ਜਿਹੜਾ ਲੋਕ ਸੰਪਰਕ ਵਿਭਾਗ ਹੈ ਉਹਨਾਂ ਦਾ 77 ਵੀ ਬਦਲ ਦਿਓ, ਕਿਉਂਕਿ ਜੇ ਪਹਿਲਾਂ ਨਹੀਂ ਪਾਸ ਕਰਦਾ ਨਵਾਂ ਬਦਲ ਦਿਓ। ਪਰ ਇਸ਼ਤਿਹਾਰਾਂ ਵਾਸਤੇ ਕਰੋੜਾਂ ਰੁਪਇਆ ਜਾਰੀ ਹੋ ਸਕਦਾ, ਪਰ ਜੇ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ, ਇਸ ਖਿੱਤੇ ਦੀ ਗੱਲ ਕੀਤੀ ਜਾਵੇ, ਤਾਂ ਇਹਦੇ ਲਈ 16 ਕਰੋੜ ਰੁਪਇਆ ਵੀ ਜਾਰੀ ਨਹੀਂ ਹੋ ਰਿਹਾ। ਔਰ ਇਹ ਕਿੱਡੇ ਸਾਨੂੰ ਅੱਜ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ। ਇੱਕ ਵਾਰ ਫਿਰ ਅਸੀਂ ਇਹਦੇ ਨਾਲ ਨਾਲ ਇੱਕ ਵਾਰ ਫਿਰ ਅਸੀਂ ਮਨ ਮੋਟੇ ਹੱਥ ਫਿਰ ਜੋੜਦੇ ਹਾਂ ਵੀ ਨਾ ਜਾਂ ਸਾਨੂੰ ਮੰਤਰੀ ਸਾਹਿਬ ਜਾਂ ਸਰਕਾਰ ਇਹ ਦੱਸ ਦੇਵੇ ਵੀ ਤੁਹਾਨੂੰ ਕਿਹੜੇ ਢੰਗ ਦੇ ਨਾਲ ਅਸੀਂ ਮਿਲੀਏ, ਜਾਂ ਕਿਹੜੇ ਢੰਗ ਦੇ ਨਾਲ ਇਲਾਕੇ ਦੇ ਲੋਕ ਤੁਹਾਨੂੰ ਬੇਨਤੀ ਕਰਨ, ਜਿਹੜੇ ਢੰਗ ਦੇ ਨਾਲ ਤੁਸੀਂ ਬੇਨਤੀ ਮੰਨ ਸਕੋ ਵੀ ਹਜੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ। ਔਰ ਕਿਸ ਉਹ ਸਾਨੂੰ ਦੱਸ ਦਿਓ, ਅਸੀਂ ਉਸ ਢੰਗ ਦੇ ਨਾਲ ਲੋਕਾਂ ਨੂੰ ਭੇਜ ਦਿੰਦੇ ਹਾਂ, ਜਾਂ ਅਸੀਂ ਆਪ ਆ ਜਾਂਦੇ ਵੀ ਮੰਤਰੀ ਸਾਹਿਬ ਕੋਈ ਦਾ ਹੀਲਾ ਵਸੀਲਾ ਕਰੋ ਤਾਂ ਜੋ ਲੋਕ ਹੈ ਖੱਜਲ ਖੁਆਰ ਨਾ ਹੋਣ। ਕਿੱਡੀ ਵੱਡੀ ਗੱਲ, ਕਿੰਨੇ ਮੁਲਾਜ਼ਮ ਜਾਂਦੇ ਇਸੇ ਜਿਹੜਾ RG ਪੁਲ ਬਣਿਆ ਹੋਇਆ, ਹੁਣ ਪੱਕਾ ਪੁਲ ਸੀ, ਇਸੇ ਰਸਤੇ ਉਹ ਕਿੰਨੇ ਮੁਲਾਜ਼ਮ ਜਾਂਦੇ ਹੈ। ਔਰ ਉਹ ਤੋਂ ਬਾਅਦ ਕਿੰਨੇ ਉਹ ਨਾਲ ਸਾਡਾ ਮੋਜੋਵਾਲ ਦੇ ਵਿੱਚ ਕਾਲਜ ਹੈ, ਉੱਥੇ ਨੂੰ ਕਿੰਨੇ ਸਾਡੇ ਬੱਚੇ ਪੜ੍ਹਨ ਜਾਂਦੇ ਆ। ਨੰਗਲ ਦੇ ਵਿੱਚ ITI ਹੈ, ਉੱਥੇ ਕਿੰਨੇ ਬੱਚੇ ਪੜ੍ਹਨ ਜਾਂਦੇ ਆ। ਔਰ ਕਿੰਨੇ ਅੱਜ ਆਹ ਬਰਸਾਤ ਹੁਣ 3-4 ਮਹੀਨੇ ਦੇ ਵਿੱਚ ਇਹ ਰਸਤਾ ਪੱਕਾ ਹੀ ਬੰਦ ਹੋ ਗਿਆ, ਔਰ ਕਿੰਨੇ ਲੋਕ ਉਹ ਵਿਚਾਰੇ ਜਿਹੜੇ ਹੋਰ ਉਹਨਾਂ ਦੇ ਨਾਲ ਆਉਣ ਜਾਣ ਵਾਲੇ ਰੂਟੀਨ ਦੇ ਵਿੱਚ ਉਹ ਕਿੰਨੇ ਲੋਕ ਖੱਜਲ ਹੋਣਗੇ। ਕਿਹਾ ਇਹ ਇਹਨਾਂ ਚੀਜ਼ਾਂ ਨੂੰ ਲੈ ਕੇ ਜੇ ਮੈਂ ਕਹਿਣਾ ਨਹੀਂ ਚਾਹੁੰਦਾ ਸੀ, ਪਰ ਅੱਜ ਹਾਰ ਕੇ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਯਾਰ ਜੇ ਇਹਨਾਂ ਚੀਜ਼ਾਂ ਨੂੰ ਲੈ ਕੇ ਵੋਟਾਂ ਤੁਹਾਨੂੰ ਲੋਕਾਂ ਨੇ ਪਾਈਆਂ ਸੀ, ਵੀ ਹਾਂ ਜਿਹੜੇ ਹਾਲਾਤ ਹੈ ਤੁਸੀਂ ਤਾਂ ਬੜੇ ਵਾਅਦੇ ਕੀਤੇ ਸੀ, ਬੜੇ ਸੱਤਾ 'ਚ ਆਉਣ ਤੋਂ ਪਹਿਲਾਂ ਕਿੰਨਾ ਕੁਛ ਤੁਸੀਂ ਕਿਹਾ ਸੀ ਆਹ ਕਰ ਦੇਵਾਂਗੇ ਆਹ ਕਰ ਦੇਵਾਂਗੇ। ਉਹ ਲੀਡਰਾਂ ਦੇ ਜਿਨ੍ਹਾਂ ਦੇ ਤੁਸੀਂ ਕੱਚੇ ਚਿੱਠੇ ਉਸ ਟਾਈਮ ਦੱਸਦੇ ਸੀ ਵੀ ਆਹ ਹੋ ਗਿਆ ਜੀ, ਨੌਕਰੀਆਂ ਇੱਦਾਂ ਮਿਲ ਗਈਆਂ, ਇਹਨੇ ਆਹ ਕਰਤਾ ਆਹ ਕਰਤਾ, ਅੱਜ ਤੁਸੀਂ ਅੱਖਾਂ ਵੀ ਬੰਦ ਕਰ ਲਈਆਂ, ਕੰਨ ਵੀ ਬੰਦ ਕਰ ਲਏ, ਔਰ ਚਲੋ ਛੱਡੋ ਮਾਰੋ ਗੋਲੀ ਉਹਨੂੰ। ਪਰ ਆ ਤਾਂ ਜਿਹੜੀਆਂ ਲੋਕਾਂ ਦੀਆਂ ਅੰਨੇ ਨੂੰ ਵੀ ਦਿਖਦਾ, ਜਿਹੜੀਆਂ ਆਹ ਹਾਲਾਤ ਬਣੇ ਹੋਏ ਆ ਲੋਕਾਂ ਦੇ, ਇਹਨਾਂ ਵਾਸਤੇ ਯਾਰ ਲੋਕ ਕਿੱਥੇ ਜਾਣ? ਜੇਕਰ ਉਹ ਸਰਕਾਰ ਦਾ ਫਿਰ ਆਖਿਰਕਾਰ ਸਰਕਾਰ ਨੂੰ ਕੋਸਣ ਨਾ, ਫਿਰ ਉਹ ਕਰਨ ਕੀ? ਉਹਨਾਂ ਕੋਲ ਹੋਰ ਤਾਂ ਕੋਈ ਚਾਰਾ ਨਹੀਂ, ਓਪੋਜੀਸ਼ਨ ਵਾਲਿਆਂ ਦਾ ਕੰਮ ਕੋਈ ਨਹੀਂ, ਕਿਉਂਕਿ ਦੇਖੋ ਉਹ ਤਾਂ ਜੋ ਹੋਣਾ ਸੀ ਅਕਾਲੀਆਂ ਨੇ ਕਾਂਗਰਸ ਦੀਆਂ ਸਰਕਾਰਾਂ ਵੇਲੇ, ਸਭ ਨੂੰ ਪਤਾ ਕਿ ਮਾਈਨਿੰਗ ਦਾ ਕਿਆ ਹਾਲਾਤ ਰਹੇ ਆ ਸਾਡੇ ਇਲਾਕੇ ਦੇ ਵਿੱਚ, ਬੱਚਾ ਬੱਚਾ ਜਾਣਦਾ। ਪਰ ਅੱਜ ਤਾਂ ਕੁਛ ਸਾਨੂੰ ਸ਼ਰਮ ਕਰ ਲੈਣੀ ਚਾਹੀਦੀ ਮਨ ਮੋਟੀ। ਅੱਜ ਜਿਹੜੇ ਹਾਲਾਤ ਹੈ ਇਹ ਪੁਲ ਦੇ, ਇਹਨਾਂ ਨੂੰ ਤਾਂ ਦਰੁਸਤ ਕਰ ਲੈਣਾ ਚਾਹੀਦਾ। ਔਰ 16 ਕਰੋੜ ਰੁਪਇਆ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ, 16 ਕਰੋੜ ਜਿੱਥੇ ਵੱਡੇ ਵੱਡੇ ਇਸ਼ਤਿਹਾਰ, ਮੈਂ ਪਹਿਲਾਂ ਵੀ ਕਿਹਾ ਜਿੱਥੇ ਉਹਨਾਂ ਨੂੰ ਪੈਸਾ ਕਰੋੜਾਂ ਰੁਪਇਆ ਮਨਜ਼ੂਰ ਹੋ ਸਕਦਾ, ਇਹ 16 ਕਰੋੜ ਰੁਪਇਆ ਤਾਂ ਇਲਾਕੇ ਵਾਸਤੇ ਕੁਛ ਨਹੀਂ। ਮੈਂ ਇੱਕ ਵਾਰ ਫਿਰ ਬੇਨਤੀ ਕਰੂੰਗਾ ਪੰਜਾਬ ਸਰਕਾਰ ਨੂੰ ਕਿ ਇਹਦੇ ਲਈ ਇਹ ਪੈਸੇ ਆ ਜਿਹੜੇ ਜਾਰੀ ਕਰ ਦਿਓ, ਤਾਂ ਕਿ ਇਹ ਲੋਕਾਂ ਦਾ ਮਨੋਟਾ ਭਲਾ ਹੋ ਸਕੇ, ਲੋਕ ਜਿਹੜੇ ਤੰਗ ਹੋ ਰਹੇ ਆ ਉਹਨਾਂ ਦਾ ਕੋਈ ਹੱਲ ਹੋ ਸਕੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।